ਸਤਿ ਸ਼੍ਰੀ ਅਕਾਲ, ਮੈਂ ਸਿਮਰਨਜੋਤ ਸਿੰਘ ਮੱਕੜ। 2 ਸਾਲ ਪਹਿਲਾਂ ਕਿਸਾਨ ਅੰਦੋਲਨ ਵੇਲੇ ਲੱਗ ਰਿਹਾ ਸੀ ਕਿ ਪੰਜਾਬ 'ਚ BJP ਦਾ ਨਾਮ ਵੀ ਕਦੇ ਨਹੀਂ ਲਿਆ ਜਾਊਗਾ, ਪਰ ਇਹਨਾਂ ਚੋਣਾਂ ਨੇ ਸਾਰੇ ਸਮੀਕਰਨ ਬਦਲ ਕੇ ਰੱਖਤੇ ਹੈ। ਕਿੱਥੇ ਗਿਆ ਕਿਸਾਨ ਫੈਕਟਰ? ਹਿੰਦੂ ਵਰਸਿਸ ਸਿੱਖ ਦੀ ਬਜਾਏ BJP ਨੇ ਸਿੱਧਾ ਸਿੱਧਾ ਵਪਾਰੀ ਵਰਸਿਸ ਕਿਸਾਨ ਦਾ ਪੱਤਾ ਖੇਡਿਆ। ਕੀ ਉਹ ਕੰਮ ਕਰ ਰਿਹਾ? ਹੁਣ ਤੱਕ ਦੀ ਸਥਿਤੀ ਕੀ ਹੈ ਪੰਜਾਬ ਦੀ? ਤੁਹਾਡੇ ਤੱਕ ਪਲ ਪਲ ਦੀ ਰਿਪੋਰਟ ਲੈ ਕੇ ਹਾਜ਼ਰ ਹਾਂ, ਪਰ ਇਸ ਰਿਪੋਰਟ ਦੇ ਵਿੱਚ ਐਨਾਲਿਸਿਸ ਕਰਾਂਗੇ। ਮੇਰੇ ਨਾਲ ਰਮਨ ਸ਼ਰਮਾ, ਮੇਰੇ ਸਹਿਯੋਗੀ ਨੇ। ਰਮਨ, ਪਹਿਲਾਂ ਦਰਸ਼ਕਾਂ ਦੇ ਨਾਲ ਸਾਂਝਾ ਕਰ ਦਈਏ, ਸਵੇਰੇ 11 ਵਜੇ ਤੱਕ, ਯਾਨੀ ਕਿ ਇਹ ਰਿਪੋਰਟ ਅਪਲੋਡ ਹੋਣ ਤੋਂ ਕੁਝ ਦੇਰ ਪਹਿਲਾਂ ਤੱਕ, ਕਿੰਨੇ % ਪੋਲਿੰਗ ਹੋਈ ਹੈ? ਬਿਲਕੁਲ, ਕਿਉਂਕਿ ਵੋਟ ਪਰਸੈਂਟੇਜ ਦੇ ਵਿੱਚ ਪੰਜਾਬ ਨੇ ਕਹਿ ਲਈਏ ਤਾਂ ਇਤਿਹਾਸ ਰਾਜ ਦਿੱਤਾ ਹੈ। 12 ਵਜੇ ਤੱਕ ਦੀ ਰਿਪੋਰਟ ਦੀ ਗੱਲ ਕਰੀਏ, 11 ਵਜੇ ਤੋਂ ਬਾਅਦ 1 ਘੰਟਾ ਜਿਹੜਾ ਹੈਗਾ ਉਹ ਬੰਪਰ ਵੋਟਿੰਗ ਹੋਈ ਆ। ਗਰਮੀ ਦੇ ਬਾਵਜੂਦ ਲੋਕ ਕਤਾਰਾਂ ਦੇ ਵਿੱਚ ਆ ਕੇ ਵੋਟ ਪਾ ਰਹੇ ਨੇ। ਸ਼ਹਿਰੀ ਖੇਤਰ ਪ੍ਰਭਾਵਿਤ ਹੋ ਰਿਹਾ, ਔਰ ਸ਼ਹਿਰ ਦੇ ਵਿੱਚ ਇਸ ਵੇਲੇ ਵੱਡੇ ਸ਼ਹਿਰਾਂ ਦੇ ਵਿੱਚ ਤਕਰੀਬਨ ਜਿਹੜਾ 30% ਦੇ ਨੇੜੇ ਵੋਟ ਪਹੁੰਚ ਚੁੱਕਿਆ। 30% ਦੇ ਮਹਿਣੇ ਇਹ ਨੇ ਕਿ ਸ਼ਾਮ ਤੱਕ ਜਿਹੜਾ ਹੈਗਾ ਵੋਟ ਪਰਸੈਂਟੇਜ 65 ਅਬਵ ਜਿਹੜੀ ਹੈਗੀ ਵੋਟ ਉਹ ਵੇਖਣ ਨੂੰ ਮਿਲੇਗੀ। ਔਰ ਦਿਹਾਤੀ ਏਰੀਏ ਦੇ ਵਿੱਚ, ਦਿਹਾਤੀ ਏਰੀਆ ਪਿੱਛੇ ਚੱਲ ਰਿਹਾ, ਸ਼ਹਿਰਾਂ ਦੇ ਮੁਕਾਬਲੇ ਪਿੱਛੇ ਚੱਲ ਰਿਹਾ। ਦਿਹਾਤੀ ਏਰੀਏ ਦੇ ਵਿੱਚ 25% ਦੇ ਨੇੜੇ ਵੋਟ ਆ, ਸ਼ਹਿਰੀ ਏਰੀਏ ਦੇ ਵਿੱਚ 30% ਦੇ ਵੋਟ ਜਿਹੜੇ ਹੈਗੇ ਹੁਣ ਤੱਕ ਵੋਟ ਪੋਲ। ਰਮਨ, ਇਹ ਚਰਚਾ ਸੀਗੀ ਕਿ ਸ਼ਹਿਰਾਂ ਦੇ ਵਿੱਚ ਜਿਹੜਾ ਉਹ ਹਿੰਦੂ ਵੋਟਰ ਵੱਧ ਹੈ ਔਰ ਮਹਾਜਨ ਵੋਟ ਵੱਧ ਹੈ, ਪਿੰਡਾਂ ਦੇ ਵਿੱਚ ਮੰਨ ਕੇ ਚੱਲਦੇ ਹਾਂ ਕਿ ਸਿੱਖ ਵੋਟਰ ਦੀ ਗਿਣਤੀ ਵੱਧ ਹੈ, ਤਾਂ ਕੀ ਇਹਦਾ ਇੱਕ ਪਾਰਟੀ ਨੂੰ ਖਾਸ ਸਿੱਧਾ ਸਿੱਧਾ ਫਾਇਦਾ ਨਜ਼ਰ ਆ ਰਿਹਾ? ਬਿਲਕੁਲ, ਕਿਉਂਕਿ ਜਿਸ ਤਰੀਕੇ ਦੇ ਨਾਲ ਲਗਾਤਾਰ ਕਾਫੀ ਚਰਚਾਵਾਂ ਸੀ, ਕਿਸਾਨ ਵਰਗ ਇੱਕ ਪਾਸੇ ਸੀ, ਹਿੰਦੂ ਮੈਜੋਰਿਟੀ ਇੱਕ ਪਾਸੇ, ਪੋਲਰਾਈਜ਼ ਹੋਇਆ, ਹਿੰਦੂ ਕੰਸੋਲੀਡੇਟ ਹੋਇਆ, ਪੂਰੇ ਤਰੀਕੇ ਨਾਲ ਇੱਕ ਪਾਰਟੀ ਵੱਲ ਜਾ ਰਿਹਾ। ਔਰ ਜੋ ਅਸੀਂ ਹੁਣ ਤੱਕ ਸਾਡੀਆਂ ਟੀਮਾਂ ਗਈਆਂ, ਜੋ ਉਹਨਾਂ ਨੇ ਉੱਥੇ ਜਾ ਕੇ ਥੋੜ੍ਹਾ ਜਿਹਾ ਹਲੂਣਣ ਦੀ ਕੋਸ਼ਿਸ਼ ਕੀਤੀ, ਤਾਂ ਸਿੱਧੇ ਤੌਰ 'ਤੇ ਰਾਮ ਮੰਦਿਰ ਦਾ ਫੈਕਟਰ ਪੰਜਾਬ ਦੇ ਵੋਟਰ ਦੇ ਸਿਰ ਚੜ੍ਹ ਕੇ ਬੋਲ ਰਿਹਾ, ਸ਼ਹਿਰੀ ਵੋਟਰ ਦੇ ਸਿਰ ਚੜ੍ਹ ਕੇ ਬੋਲਿਆ। ਖਾਸ ਤੌਰ 'ਤੇ ਲੁਧਿਆਣਾ ਦੇ ਵਿੱਚ, ਪਟਿਆਲਾ ਦੇ ਵਿੱਚ, ਗੁਰਦਾਸਪੁਰ ਦੇ ਵਿੱਚ, ਜਲੰਧਰ ਦੇ ਵਿੱਚ, ਇਹ 4 ਵੱਡੀਆਂ ਜਿਹੜੇ ਏਰੀਏ ਨੇ ਜਿੱਥੇ ਰਾਮ ਫੈਕਟਰ ਆ। ਈਵਨ ਕਿ ਖਰੜ ਦੇ ਵਿੱਚ, ਈਵਨ ਕਿ ਮੋਹਾਲੀ ਦੇ ਵਿੱਚ ਰਾਮ ਫੈਕਟਰ ਜਿਹੜਾ ਹੈਗਾ ਨਜ਼ਰ ਆ ਰਿਹਾ। ਰਾਮ ਮੰਦਿਰ ਕਿਹਦੀ ਬੇੜੀ ਤਾਰੇਗੀ ਇਸ ਦੇ ਦੱਸਣ ਦੀ ਸ਼ਾਇਦ ਜ਼ਰੂਰਤ ਨਾ ਆਵੇ। ਇਹ ਰਮਨ, ਇਹ ਹੈਰਾਨੀ ਦੀ ਗੱਲ ਹੈ ਕਿ ਪੰਜਾਬ 'ਚ ਚਰਚਾਵਾਂ ਸੀਗੀਆਂ ਕਿ ਸ਼ਾਇਦ BJP ਕਦੇ ਵੀ ਆਪਦਾ ਰਸੂਖ ਨਾ ਬਣਾ ਸਕੇ, ਪਰ ਭਾਜਪਾ ਵੱਲ ਵੀ ਲੋਕ ਇਨਕਲਾਈਨਡ ਹੋ ਸਕਦੇ ਹੈ? ਬਿਲਕੁਲ, ਕਿਉਂਕਿ ਜਿਸ ਤਰੀਕੇ ਦੇ ਨਾਲ ਸ਼ੁਰੂਆਤੀ ਦਿਨਾਂ ਦੇ ਵਿੱਚ ਭਾਜਪਾ ਦਾ ਪ੍ਰਚਾਰ ਉਸ ਤਰੀਕੇ ਨਾਲ ਨਹੀਂ ਹੋਇਆ, ਸ਼ਾਇਦ ਮੈਂ ਇਸ ਨੂੰ ਕਹਾਂਗਾ ਕਿ ਭਾਜਪਾ ਦੀ ਇਹ ਪੰਜਾਬ ਨੂੰ ਸ਼ੁਰੂਆਤੀ ਦਿਨਾਂ ਦੇ ਸੀਰੀਅਸ ਨਾ ਲੈਣਾ, ਇੱਕ ਵੱਡੀ ਨਲਾਇਕੀ ਸਾਬਤ ਹੋਈ। ਜਿਸ ਤਰ੍ਹਾਂ ਤਾਬੜਤੋੜ ਹਮਲੇ ਲਾਸਟ ਮੂਮੈਂਟ 'ਤੇ ਆ ਕੇ ਬੋਲੇ ਗਏ, ਵੱਡੇ ਚਿਹਰੇ ਆਏ, ਵੱਡਾ ਪ੍ਰਚਾਰ ਹੋਇਆ, ਜੇਕਰ ਥੋੜ੍ਹਾ 15 ਦਿਨ ਪਹਿਲਾਂ ਅਜਿਹੀ ਪ੍ਰਚਾਰ ਪੰਜਾਬ ਦੇ ਵਿੱਚ ਹੁੰਦਾ ਤਾਂ ਪੰਜਾਬ ਦਾ ਨਤੀਜਾ ਪੂਰੇ ਦੇਸ਼ ਦੇ ਵਿੱਚੋਂ ਵੱਖਰਾ ਹੋਣਾ ਸੀ। ਹੁਣ ਵੀ ਹੋ ਸਕਦਾ। ਇਸ ਵੇਲੇ ਪੰਜਾਬ ਦੇ ਵਿੱਚ 4 ਸੀਟਾਂ 'ਤੇ ਸਿੱਧੇ ਤੌਰ 'ਤੇ BJP ਜਿਹੜੀ ਹੈਗੀ ਆ ਉਹ ਮੁਕਾਬਲਾ ਕਰਦੀ ਨਜ਼ਰ ਆ ਰਹੀ ਹੈ, ਜਿੱਥੇ ਸਾਨੂੰ ਲੱਗਦਾ ਸੀ 3 ਨੰਬਰ 'ਤੇ ਫਿਸਲ ਜਾਣਗੇ, ਹੋ ਸਕਦਾ ਚੌਥੇ ਚਲੇ ਜਾਣ। ਗੁਰਦਾਸਪੁਰ ਦੇ ਵਿੱਚ ਮੁਕਾਬਲੇ ਦੇ ਵਿੱਚ ਆ, ਪਟਿਆਲੇ ਨੇ ਤਾਂ ਪੂਰਾ ਜਿਹੜਾ ਮਾਹੌਲ ਹੀ ਬਦਲ ਕੇ ਰੱਖਦਾ। ਪਟਿਆਲੇ ਦੇ ਵਿੱਚ ਤੁਸੀਂ ਪੋਲਿੰਗ ਬੂਥਾਂ 'ਤੇ ਜਾਓ, ਲੋਕ ਲਾਈਨਾਂ ਬੰਨ੍ਹ ਕੇ ਵੋਟਾਂ ਪਾ ਰਹੇ, ਹਾਲਾਂਕਿ ਲੁਧਿਆਣਾ ਵੀ ਇਹੀ ਹਾਲਾਤ ਹੈ ਜੀ। ਲੁਧਿਆਣੇ ਦੇ ਕਾਰਨ ਇਹ ਮੈਂ ਸਮਝ ਸਕਦਾ ਕਿ ਲੁਧਿਆਣੇ ਦੇ ਵਿੱਚ ਪ੍ਰਵਾਸੀ ਮਜ਼ਦੂਰ ਬਹੁਤ ਹੈਗਾ। ਹਿੰਦੂ ਪਹਿਲੀ ਵਾਰ ਸੋਚ ਰਿਹਾ ਕਿ ਸ਼ਾਇਦ ਸਾਡੇ ਕੋਈ, ਕਿਉਂਕਿ 2 ਬਿਆਨ ਮੈਂ ਇੱਥੇ ਜ਼ਿਕਰ ਕਰਨਾ ਚਾਹੁੰਦਾ, ਕੋਟ ਕਰਨਾ ਚਾਹੁੰਦਾ 2 ਬਿਆਨਾਂ ਨੂੰ, ਹਾਲਾਂਕਿ ਅਸੀਂ ਪ੍ਰਭਾਵਿਤ ਨਤੀਜਾ ਨਹੀਂ ਕਰਨਾ ਚਾਹੁੰਦੇ, ਪਰ ਬਿਆਨ ਆਲਰੇਡੀ ਹੋ ਚੁੱਕੇ ਨੇ।
ਪਹਿਲਾ ਯੋਗੀ ਦਾ ਬਿਆਨ ਕਿ ਪੰਜਾਬ ਦੇ ਵਿੱਚੋਂ ਗੈਂਗਸਟਰ ਕਲਚਰ 48 ਘੰਟੇ 'ਚ ਖਤਮ ਕਰ ਦਿਆਂਗੇ, ਔਰ ਇਹ ਆਪਣੇ ਆਪ 'ਚ ਵੱਡਾ ਬਿਆਨ ਹੈ ਕਿ ਸਾਨੂੰ ਸਿਰਫ 48 ਘੰਟੇ ਚਾਹੀਦੇ ਆ ਪੰਜਾਬ 'ਚੋਂ ਗੈਂਗਸਟਰ ਕਲਚਰ ਖਤਮ ਕਰਨ ਲਈ। ਵਪਾਰੀਆਂ ਨੂੰ ਰਾਹਤ ਦੇਣ ਨਾਲ ਵਪਾਰੀ ਦੁਚਿੱਤੀ ਸੀ, ਕਿਸ 'ਤੇ ਭਰੋਸਾ ਕਰਨ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਸੀ, ਕਿਸੇ ਸਮੇਂ ਕਹਿੰਦੇ ਸੀ 4 ਹਫ਼ਤੇ ਦੇ ਵਿੱਚ ਨਸ਼ਾ ਖਤਮ ਕਰਾਂਗੇ। ਪਰ ਜਿਸ ਤਰ੍ਹਾਂ ਯੋਗੀ ਵੱਲੋਂ ਆ ਕੇ ਤਾਬੜ ਤੋੜ ਹਮਲੇ ਬੋਲੇ ਗਏ, ਸਰਕਾਰ 'ਤੇ ਬੋਲੇ ਗਏ, ਪੰਜਾਬ ਦੇ ਵਪਾਰੀ ਨੂੰ ਸਮਝ ਰੱਖ ਕੇ ਬੋਲੇ ਗਏ, ਔਰ ਅਕਾਲੀ ਦਲ 'ਤੇ ਚੁੱਪੀ, ਔਰ ਖਾਸ ਤੌਰ 'ਤੇ ਹਿੰਦੂ ਕਮਿਊਨਿਟੀ ਨੂੰ ਜਿਹੜਾ ਹੈਗਾ ਉਹਨਾਂ ਨੇ ਕਿਹਾ ਕਿ ਤੁਹਾਨੂੰ ਇਹ ਲੱਗਦਾ ਕਿ 12-4 ਦਾ ਜਿਹੜਾ ਸਮਾਂ ਗਰਮੀ ਬਹੁਤ ਜ਼ਿਆਦਾ ਹੋ ਜੂਗੀ, ਪੇਂਡੂ ਖੇਤਰ ਤੋਂ ਲੋਕ ਨਿਕਲ ਕੇ ਰੂਰਲ ਖੇਤਰਾਂ 'ਚੋਂ ਵੋਟ ਪਾਉਣ ਵਾਸਤੇ ਨਿਕਲਣਗੇ, ਲੋਕ ਬਾਹਰ ਜਾਣਗੇ? ਮੈਨੂੰ ਲੱਗਦਾ ਨਹੀਂ ਕਿ ਜੇਕਰ 12 ਵਜੇ ਤੱਕ 30% ਦੇ ਨੇੜੇ ਵੋਟ ਪਈ ਆ, 12-4 ਦਾ ਸਮਾਂ ਲੱਗੇ ਗਰਮੀ ਵਾਲਾ ਗਾ, ਪਰ ਵੋਟ ਪੈਂਦੀ ਰਹੇਗੀ। ਜੇਕਰ 3 ਵਜੇ ਤੱਕ ਦੀ ਗੱਲ ਕਰਦੇ ਹਾਂ, ਜੇ 3 ਵਜੇ ਤੱਕ 45% ਵੋਟ ਹੋ ਜਾਂਦੀ ਆ, 45 ਦੇ ਨੇੜੇ ਤੇੜੇ ਹੋ ਜਾਂਦੀ ਆ, ਤਾਂ ਸ਼ਾਮ 6 ਵਜੇ ਤੱਕ ਕੋਈ ਇਸ ਦੇ ਵਿੱਚ ਅਤਕਸ ਨਹੀਂ ਕਿ ਪੰਜਾਬ 65% ਦੇ ਉੱਪਰ ਵੋਟ ਲੈ ਕੇ ਜਾਵੇ। ਜੇਕਰ 65% ਵੋਟ ਪੈ ਰਹੀ ਆ ਤਾਂ ਇਹ ਤਾਂ ਮਤਲਬ ਆਮ ਤੌਰ 'ਤੇ ਅਸੀਂ ਸਮਝਦੇ ਹਾਂ ਪੱਤਰਕਾਰੀ ਦੀ ਭਾਸ਼ਾ ਦੇ ਵਿੱਚ ਕਿ ਜਿੰਨੇ ਪਰਸੈਂਟੇਜ ਵੋਟ ਵੱਧ ਪੋਲ ਹੁੰਦੀ ਹੈ ਪੰਜਾਬ ਨੂੰ 62-63% ਦੇ ਨੇੜੇ ਤੇੜੇ ਦੇ ਕਹਿੰਦਾ, ਜੇ 3-4% ਵੱਧ ਵੋਟ ਪੋਲ ਰਹੀ ਆ ਤਾਂ ਉਹ ਵੋਟ ਸਰਕਾਰ ਦੇ ਖਿਲਾਫ਼। ਰਮਣ, ਇਹ ਬਿਗ ਸ਼ਿਫਟ ਇਨ ਟੈਕਟੀਕਲ ਪੋਲੀਟਿਕਸ ਮੰਨਿਆ ਜਾ ਸਕਦਾ ਕਿ ਜਿਹੜੀ ਜਿੰਨੀ ਟੈਕਟੀਕਲ ਪੋਲੀਟਿਕਸ ਹੁਣ ਤੱਕ ਕਾਂਗਰਸ ਦੀ ਰਹੀ, ਉਹ ਹਮੇਸ਼ਾ ਗਰੀਬੀ 'ਤੇ ਵੋਟ ਮੰਗਦੇ ਰਹੇ, ਫਿਰ ਸੌਫਟ ਹਿੰਦੂਇਜ਼ਮ 'ਤੇ ਵੋਟ ਮੰਗਦੇ ਰਹੇ ਆ, ਪੰਜਾਬ ਦੇ ਵਿੱਚ ਉਹ ਧਿਰਾਂ ਵੀ ਸਰਗਰਮ ਹੋਈਆਂ, ਚਾਹੇ ਸਿਮਰਨਜੀਤ ਮਾਨ ਹੋਣ, ਹੁਣ ਅੰਮ੍ਰਿਤਪਾਲ ਇਲੈਕਸ਼ਨ ਲੜ ਰਹੇ ਆ, ਜੋ ਪਿਓਰਲੀ ਸੋਵਰਨ ਸਟੇਟ ਦੇ ਨਾਂ 'ਤੇ ਏਜੰਡਾ ਚਲਾਉਂਦੇ, ਪਰ ਇਲੈਕਸ਼ਨ ਜਿਹੜੇ ਆ ਉਹ ਆ ਕੇ ਉਹ ਵੀ ਲੜਦੇ ਰਹੇ, ਉਹ ਵੀ ਇੱਕ ਵੱਡਾ ਵੋਟਰ ਦਾ ਹਿੱਸਾ ਟਾਰਗੇਟ ਕਰਦੇ ਰਹੇ ਆ। ਅਕਾਲੀ ਦਲ ਪੰਥਕ ਕਹਾਉਂਦਾ ਰਿਹਾ ਹਮੇਸ਼ਾ, ਪੰਥ ਦੀ ਵੋਟ ਖਿਸਕੀ 17 ਦੇ ਵਿੱਚ, 19 'ਚ ਖਿਸਕੀ, 22 'ਚ ਤਾਂ ਬਿਲਕੁਲ ਸੁਪੜਾ ਸਾਫ਼ ਹੋਇਆ, ਤਾਂ ਫਿਰ ਉਹ ਵੋਟਰ ਜਿਹੜਾ ਪੰਥਕ ਵੋਟਰ ਕੰਸੋਲੀਡੇਟ ਹੋ ਕੇ ਅਕਾਲੀ ਦਲ ਵੱਲ ਜਾਂਦਾ ਸੀ, ਉਹ ਕਿੱਥੇ ਸ਼ਿਫਟ ਹੋਇਆ? ਅਤੇ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਜੇ ਟੈਕਟੀਕਲ ਪੋਲੀਟੀਕਲ ਸ਼ਿਫਟ ਹੈ ਇਸ ਵਾਰ ਦੀਆਂ ਚੋਣਾਂ ਦੇ ਵਿੱਚ, ਤਾਂ ਜਿਹੜੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਹਿੰਦੂਇਜ਼ਮ, ਜਿਹੜਾ ਸੌਫਟ ਹਿੰਦੂਇਜ਼ਮ ਵੱਲ, ਕਿਉਂਕਿ ਅਰਵਿੰਦ ਕੇਜਰੀਵਾਲ ਜਿੱਤਦੇ ਆ ਤਾਂ ਸਭ ਤੋਂ ਪਹਿਲਾਂ ਹਨੂੰਮਾਨ ਮੰਦਿਰ ਜਾਂਦੇ ਆ, ਤੁਹਾਡੇ ਧਿਆਨ ਹੋਣਾ, ਕੀ ਇਹ ਪੰਜਾਬ ਦੀ ਸੱਤਾ ਦੇ ਵਿੱਚ ਪਿਛਲੇ 75 ਸਾਲਾਂ 'ਚ ਸਭ ਤੋਂ ਵੱਡਾ ਟੈਕਟੀਕਲ ਸ਼ਿਫਟ ਹੈ? ਬਿਲਕੁਲ, ਜਿਸ ਤਰੀਕੇ ਨਾਲ ਪੰਥਕ ਧਿਰਾਂ ਦਾ ਉਭਾਰ ਹੋਣਾ, ਖਾਸ ਤੌਰ 'ਤੇ ਸਰਬਜੀਤ ਸਿੰਘ ਖਾਲਸਾ ਦਾ ਉਭਾਰ ਹੋਣਾ, ਖਾਸ ਤੌਰ 'ਤੇ ਭਾਈ ਅੰਮ੍ਰਿਤਪਾਲ ਸਿੰਘ ਦਾ ਉਭਾਰ ਹੋਣਾ, ਇਹ ਠੀਕ ਹੈ ਕਿ ਉਹ ਇੱਕ ਵੱਡੀ ਵੋਟ ਲੈ ਕੇ ਜਾ ਰਹੇ ਨੇ ਪੇਂਡੂ ਹਲਕਿਆਂ ਦੇ ਵਿੱਚ, ਯਾਰ ਉਹਨਾਂ ਦੀ ਚਰਚਾ ਹੋ ਰਹੀ ਆ, ਪਰ ਉਹ 1.5-2 ਲੱਖ ਵੋਟ ਜਿਹੜੀ ਆਮ ਤੌਰ 'ਤੇ ਉਹ ਪ੍ਰਭਾਵਿਤ ਕਰ ਰਹੇ ਨੇ, ਪਰ ਉਹਦਾ ਫਾਇਦਾ ਕਿਹਨੂੰ ਮਿਲ ਰਿਹਾ? ਸਿੱਧੇ ਤੌਰ 'ਤੇ ਉਹਨਾਂ ਹਲਕਿਆਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਬੀਜੇਪੀ ਦੀ ਪੈਂਟ ਸੀ, ਉਹਨਾਂ ਦੇ ਵਿੱਚ ਹਿੰਦੂ ਨੂੰ ਕੰਸੋਲੀਡੇਟ ਕੀਤਾ, ਹਿੰਦੂ ਇੱਕ ਤਰਫਾ ਗਿਆ, ਔਰ ਇਹਦਾ ਨੁਕਸਾਨ ਸਭ ਤੋਂ ਵੱਧ ਅਕਾਲੀ ਦਲ ਨੂੰ ਹੋਇਆ, ਔਰ ਦੂਜਾ ਸਭ ਤੋਂ ਵੱਡਾ ਨੁਕਸਾਨ ਇਸ ਵੇਲੇ ਸਰਕਾਰ ਨੂੰ ਹੋਇਆ, ਆਮ ਆਦਮੀ ਪਾਰਟੀ ਨੂੰ ਹੋਇਆ। ਸਭ ਤੋਂ ਵੱਧ ਫਾਇਦਾ ਜੇਕਰ ਇਸ ਦਾ ਪੂਰੇ ਅਸੀਂ ਜਿਹੜੇ ਗਣਿਤ ਘਟਾਊ ਸਮਝਦੇ ਹਾਂ, ਉਹਦਾ ਫਾਇਦਾ ਸਿੱਧੇ ਤੌਰ 'ਤੇ ਬੀਜੇਪੀ ਨੂੰ ਹੋਇਆ। ਕਾਂਗਰਸ ਇਸ ਸਮੇਂ ਕਾਂਗਰਸ ਨੂੰ ਸਭ ਤੋਂ ਵੱਡਾ ਘਾਟਾ ਕਿੱਥੇ ਪਿਆ? ਕਾਂਗਰਸ ਦੇ ਨਾਲ ਜਿਹੜਾ ਹਿੰਦੂ ਵਰਗ ਸੀ, ਸ਼ਹਿਰੀ ਹਿੰਦੂ ਵਰਗ ਸੀ, ਉਹ ਟੁੱਟਿਆ, ਉਹ ਇਸ ਵੇਲੇ ਬੀਜੇਪੀ ਨਾਲ ਸਾਨੂੰ ਜਾਂਦਾ ਹੋਇਆ ਦਿਖ ਰਿਹਾ, ਲੇਕਿਨ ਨਤੀਜੇ 4 ਜੂਨ ਨੂੰ ਆਉਣੇ, ਪਰ ਸਾਨੂੰ ਜੋ ਸਮਝ ਲੱਗ ਰਹੀ ਹੈ, ਠੀਕ ਹੈ, ਆਪਾਂ ਜਿੱਤ ਹਾਰ ਦੇ ਮਾਇਨੇ ਡਿਸਕਸ ਨਹੀਂ ਕਰ ਰਹੇ, ਆਪਾਂ ਤਾਂ ਸ਼ੁਰੂਆਤੀ ਇਹ ਡਿਸਕਸ ਕਰ ਰਹੇ ਹਾਂ ਕਿ ਵੋਟਰ ਜਿਹੜਾ ਕਿੱਥੇ ਵੱਧ ਨਜ਼ਰ ਆ ਰਿਹਾ ਸਾਨੂੰ। ਹਾਲਾਂਕਿ ਹਰੇਕ ਸੀਟ ਦੇ ਆਪਣੇ ਅਨੁਮਾਨ ਨੇ, ਅਸੀਂ ਲਗਾਤਾਰ ਤੁਹਾਡੇ ਤੱਕ ਅੱਜ ਸਾਰਾ ਦਿਨ ਇਹ ਕਵਰੇਜ ਲੈ ਕੇ ਬਣੇ ਰਹਾਂਗੇ।